ਦੋਸਤੋ ਜਿਵੇਂ ਜਿਵੇਂ ਮਾਰਕੀਟ ਦੇ ਵਿੱਚ ਨਵੀਆਂ ਨਵੀਆਂ ਆਪਸ਼ਨ ਆਈ ਜਾ ਰਹੀਆਂ ਨਵੇਂ ਨਵੇਂ ਸੈਗਮੈਂਟ ਆਈ ਜਾ ਰਹੇ ਆ ਉਦੋਂ ਉਦੋਂ ਹੈਚਬੈਕ ਔਰ ਸੈਡਾਨ ਸੈਗਮੈਂਟ ਖਤਮ ਹੁੰਦਾ ਨਜ਼ਰ ਆ ਰਿਹਾ ਖਤਮ ਸੇਲ ਹੀ ਨਹੀਂ ਹੈਗੀ ਤੇ ਬਿਲਕੁਲ ਖਤਮ ਹੋ ਹੀ ਜਾਣਾ ਚੰਗੀਆਂ ਕਾਰਾਂ ਜਿਹੜੀਆਂ ਸੈਡਾਨ ਸੈਗਮੈਂਟ ਦੇ ਵਿੱਚ ਬਹੁਤ ਜ਼ਿਆਦਾ ਇੰਡੀਆ 'ਚ ਵੇਖਦੀਆਂ ਸੀ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਘੱਟ ਵਿਕ ਰਹੀਆਂ ਪਰ ਇੰਡੀਆ ਦੀ ਮਾਰਕੀਟ ਇੱਕ ਤਰ੍ਹਾਂ ਅਲੱਗ ਚੱਲ ਰਹੀ ਹੈ ਕਾਫੀ ਜ਼ਿਆਦਾ ਕੰਟਰੀਆਂ ਜਿਨ੍ਹਾਂ ਦੇ ਵਿੱਚ ਹਜੇ ਵੀ ਸਿਡਾਨ ਸੈਗਮੈਂਟ ਦੀ ਮਾਰਕੀਟ ਬਹੁਤ ਜ਼ਿਆਦਾ ਹੈ ਟੌਪ 10 ਕਾਰਾਂ ਜਿਹੜੀਆਂ ਸਿਡਾਨ ਸੈਗਮੈਂਟ ਦੇ ਵਿੱਚ ਆਉਂਦੀਆਂ ਨੇ ਜਿਹੜੀਆਂ ਜੂਨ 2024 ਦੇ ਵਿੱਚ ਸੇਲ ਹੋਈਆਂ ਉਹਨਾਂ ਦੀ ਸੇਲ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਨਾਲ ਦੇ ਨਾਲ ਤੁਹਾਨੂੰ ਮੈਂ ਰੇਟ ਵੀ ਦੱਸੀ ਜਾਊਂਗਾ ਔਰ ਇਹ ਕਾਰਾਂ ਜਿਹੜੀਆਂ ਹੈ ਬਹੁਤ ਵਧੀਆ ਨੇ ਜੇ ਆਪਾਂ ਚਲਾਵੇ ਦੀ ਗੱਲ ਕਰ ਲਈਏ ਤੇ ਚਲਾਉਣ ਦੇ ਵਿੱਚ ਬਹੁਤ ਕੰਫਰਟੇਬਲ ਹੈ ਸਫਰ ਜਲਦੀ ਨਿਕਲਦਾ ਹੈ ਕੌਨਫੀਡੈਂਸ ਜ਼ਿਆਦਾ ਆਉਂਦਾ ਜੇ ਆਪਾਂ ਗੱਡੀ ਨੂੰ ਜ਼ਿਆਦਾ ਭਜਾਉਣੀ ਆ ਸੈਡਾਨ ਸੈਗਮੈਂਟ ਦੇ ਵਿੱਚ ਖਾਸ ਕਰਕੇ ਪਰ ਐਸਯੂਵੀ ਸੈਗਮੈਂਟ ਜਿਹੜਾ ਇਦਾਂ ਦਾ ਆਇਆ ਕਿ ਇਹਨੇ ਸੈਡਾਨ ਹੈਚਬੈਕ ਸੈਗਮੈਂਟ ਖਤਮ ਕਰ ਦਿੱਤਾ ਅੱਗੇ ਨਵਾਂ ਇੱਕ ਸੈਗਮੈਂਟ ਆ ਰਿਹਾ ਕੂਪੇ ਐਡੀਸ਼ਨ ਕੂਪੇ ਕਾਰਾਂ ਜਿਹੜੀਆਂ ਉਹ ਪਹਿਲਾਂ ਲਗਜ਼ਰੀ ਸੈਗਮੈਂਟ ਦੇ ਵਿੱਚ ਆਉਂਦੀਆਂ ਸੀ ਪਰ ਹੁਣ ਇੰਡੀਆ ਦੇ ਵਿੱਚ ਆਉਣ ਜਾ ਰਹੀਆਂ ਜਿਵੇਂ ਕਿ ਕਾਰਵ ਲਾਂਚ ਹੋਣ ਜਾ ਰਹੀ ਸਟਰਨ ਦੀ ਇੱਕ ਕੂਪੇ ਆ ਰਹੀ ਆ ਮਹਿੰਦਰਾ ਦੀ ਆ ਰਹੀ ਹੈ ਜਿਵੇਂ ਜਿਵੇਂ ਐਸਯੂਵੀ ਖਾ ਗਈ ਬਾਕੀ ਸੈਗਮੈਂਟਾਂ ਨੂੰ ਹੋ ਸਕਦਾ ਐਸਯੂਵੀ ਨੇ ਵੀ ਕੋਈ ਹੋਰ ਸੈਗਮੈਂਟ ਖਾ ਜੇ ਸੋ ਟੌਪ 10 ਆਪਾਂ ਗੱਲ ਕਰਾਂਗੇ ਸਿਡਾਨ ਸੈਗਮੈਂਟ ਦੀ ਜਿਹੜੀਆਂ ਜੂਨ 2024 ਦੇ ਵਿੱਚ ਸੇਲ ਹੋਈਆਂ 10ਵੇਂ ਨੰਬਰ ਤੇ ਜੀ ਕੈਮਰੀ ਟੋਇਟਾ ਕੈਮਰੀ ਪ੍ਰੋਪਰ ਸਟਰੋਂਗ ਹਾਈਬ੍ਰਿਡ ਦੇ ਵਿੱਚ ਆਉਂਦੀ ਹੈ ਬਹੁਤ ਵਧੀਆ ਗੱਡੀ ਹੈ ਮਾਈਲੇਜ ਵੀ ਵਧੀਆ ਮਿਲ ਜਾਂਦੀ ਹੈ ਪਰ ਰੇਟ ਬਹੁਤ ਜ਼ਿਆਦਾ ਜਿਹਦੇ ਕਰਕੇ ਨਹੀਂ ਸੇਲ ਹੁੰਦੀ 46,11,000 ਰੁਪਏ ਦਾ ਇਹਦਾ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦਾ ਹੈ ਔਰ ਸਿਰਫ 143 143 ਕਾਰਾਂ ਹੀ ਸੇਲ ਹੋਈਆਂ ਨੇ ਕੈਂਬਰੀ ਆਲ ਇੰਡੀਆ ਦੇ ਵਿੱਚ 9ਵੇਂ ਨੰਬਰ ਤੇ ਜੀ ਮਰੂਤੀ ਸੋਕੀ ਦੀ ਸਿਆਜ਼ ਸਿਆਜ਼ ਜਦੋਂ ਡੀਜ਼ਲ ਦੇ ਵਿੱਚ ਆਉਂਦੀ ਸੀ ਤੇ ਵਧੀਆ ਵਿਗਦੀ ਸੀ ਪੈਟਰੋਲ ਦੇ ਵਿੱਚ ਆਈ ਆ ਤੇ ਹੁਣ ਬਹੁਤ ਘੱਟ ਵਿਗਦੀ ਹੈ ਇਹ ਵਿਕੀਆਂ ਜੀ ਜੂਨ ਦੇ ਵਿੱਚ ਸਿਰਫ 572 ਕਾਰਾਂ ਇਹ ਵੀ 572 ਕਾਰਾਂ ਜਿਹੜੀਆਂ ਇਹ ਜ਼ਿਆਦਾਤਰ ਸਰਕਾਰ ਨੇ ਹੀ ਖਰੀਦੀਆਂ ਨੇ ਕਿਉਂਕਿ ਸਰਕਾਰ ਦੇ ਕੁਝ ਜਿਹੜੇ ਅਫਸਰ ਹੈ ਉਹਨਾਂ ਨੂੰ ਇਹ ਗੱਡੀ ਜ਼ਿਆਦਾ ਪਸੰਦ ਆਉਂਦੀ ਹੈ ਸੋ ਉਹ ਖਰੀਦਦੇ ਆ 572 ਕੁੱਲ ਵਿਕੀਆਂ ਨੇ ਰੇਟ ਦੀ ਗੱਲ ਕਰੀਏ 9 ਲੱਖ 40 ਹਜ਼ਾਰ ਤੋਂ ਲੈ ਕੇ ਤੇ 12 ਲੱਖ 30 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਸਿਆਜ਼ 8ਵੇਂ ਨੰਬਰ ਤੇ ਜੀ Honda City ਕਿਸੇ ਟਾਈਮ ਤੇ ਬਹੁਤ ਜ਼ਿਆਦਾ ਵਿਕਣ ਵਾਲੀ ਗੱਡੀ ਪੈਟਰੋਲ ਡੀਜ਼ਲ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਵੇਖਦੀ ਸੀ ਪਰ Honda ਨੇ ਜਦੋਂ ਦਾ ਡੀਜ਼ਲ ਬੰਦ ਕੀਤਾ ਉਦੋਂ ਤੋਂ ਨਾ City ਵਿਕਦੀ ਹੈ ਨਾ Honda ਦੀ Amaze ਵਿਕਦੀ ਹੈ ਸੋ ਫਿਲਹਾਲ ਦੀ ਗੱਡੀ 800 ਤੇ 60 ਕਾਰਾਂ ਆਲ ਇੰਡੀਆ ਦੇ ਵਿੱਚ ਸੇਲ ਹੋਈਆਂ ਜੂਨ 2024 ਦੇ ਵਿੱਚ ਰੇਟ ਇਹਦਾ ਜੀ 12 ਲੱਖ ਤੋਂ ਲੈ ਕੇ 16 ਲੱਖ 35 ਤੱਕ ਨਾਰਮਲ ਪੈਟਰੋਲ ਦੇ ਵਿੱਚ ਮਿਲਦੀ ਹੈ ਹਾਈਬ੍ਰਿਡ ਦੇ ਵਿੱਚ ਵੀ ਮਿਲ ਜਾਂਦੀ ਹੈ 19 ਲੱਖ ਤੋਂ ਲੈ ਕੇ 20 ਲੱਖ 55 ਹਜ਼ਾਰ ਤੱਕ ਇੱਕ ਸ਼ੋਰੂਮ ਪ੍ਰਾਈਸ ਹਾਈਬ੍ਰਿਡ ਦੇ ਵਿੱਚ ਮਿਲਦੀ ਹੈ ਹਾਈਬ੍ਰਿਡ ਦੀ ਸੇਲ ਬਹੁਤ ਘਟਾ ਹੈ ਇਸੇ ਕਰਕੇ ਵੇਰੀਐਂਟ ਵੀ ਇਹਨਾਂ ਨੇ ਘਟਾ ਦਿੱਤੇ ਆ 7ਵੇਂ ਨੰਬਰ ਤੇ ਜੀ ਸਕੋਡਾ ਸਲਾਵੀਆ 1230 ਗੱਡੀਆਂ ਕੁੱਲ ਸੇਲ ਹੋਈਆਂ 5 ਸਟਾਰ ਐਨਸੀਏਪੀ ਰੇਟਿੰਗ ਦੇ ਨਾਲ ਆਉਂਦੀ ਹੈ ਮਾਈਲੇਜ ਕੰਪਨੀ 20 ਦੇ ਕਰੀਬ ਦੱਸਦੀ ਹੈ ਰੇਟ ਦੀ ਗੱਲ ਕਰ ਲਈਏ ਤੇ 10 ਲੱਖ 70 ਹਜ਼ਾਰ ਤੋਂ ਲੈ ਕੇ 18 ਲੱਖ 70 ਹਜ਼ਾਰ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਸਕੋਡਾ ਔਰ ਵਾਕਸਵੈਗਨ ਦੀਆਂ ਗੱਡੀਆਂ ਤੇ ਵੀ ਵਧੀਆ ਡਿਸਕਾਊਂਟ ਚੱਲ ਰਹੇ ਆ ਐਸੇ ਕੁਆਲਟੀ ਵਾਈਜ਼ ਗੱਲ ਕਰੀਏ ਤੇ ਸਕੋਡਾ ਔਰ ਵਾਕਸਵੈਗਨ ਦੋਨਾਂ ਦੀਆਂ ਗੱਡੀਆਂ ਬਹੁਤ ਵਧੀਆ ਨੇ ਫਿਨਿਸ਼ਿੰਗ ਬਹੁਤ ਸੋਹਣੀ ਹੁੰਦੀ ਹੈ ਲੁੱਕ ਵਾਈਜ਼ ਸੋਹਣੀਆ ਹੁੰਦੀ ਹੈ ਇੰਜਨ ਦੀ ਪਰਫਾਰਮੈਂਸ ਵੀ ਵਧੀਆ ਹੁੰਦੀ ਹੈ ਰੀਸੇਲ ਵੈਲਿਊ ਵਧੀਆ ਨਹੀਂ ਹੁੰਦੀ ਜਿਸ ਨਾਲ ਕਾਰਨਾਂ ਕਰਕੇ ਲੋਕ ਘੱਟ ਖਰੀਦਦੇ ਆ ਔਰ ਪਹਿਲਾਂ ਸਪੇਅਰ ਪਾਰਟ ਵੀ ਬਹੁਤ ਮਹਿੰਗੇ ਹੁੰਦੇ ਸੀ ਪਰ ਹੁਣ ਇਹਨਾਂ ਨੇ ਸਪੇਅਰ ਪਾਰਟ ਦੇ ਰੇਟ ਵੀ ਕਾਫੀ ਜ਼ਿਆਦਾ ਘਟਾ ਦਿੱਤੇ ਆ ਜਿਸ ਦੇ ਨਾਲ ਮਾਰਕੀਟ ਇਹਨਾਂ ਦੀ ਥੋੜੀ ਜੀ ਸਟਰੋਂਗ ਹੋ ਸਕੇ 6ਵੇਂ ਨੰਬਰ ਤੇ ਜੀ ਟਾਟਾ ਟਿਗੋਰ 1371 ਗੱਡੀਆਂ ਕੁੱਲ ਸੇਲ ਹੋਈਆਂ ਪੈਟਰੋਲ ਸੀएनजी ਔਰ ਈਵੀ ਦੇ ਵਿੱਚ ਮਿਲ ਜਾਂਦੀ ਹੈ 630000 ਤੋਂ ਲੈ ਕੇ 955000 ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲਦੀ ਹੈ ਈਵੀ ਚ ਲੈਣੀ ਹੈ 1250000 ਤੋਂ ਲੈ ਕੇ 1375000 ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਪੰਜਵੇਂ ਨੰਬਰ ਤੇ ਜੀ ਹੁੰਡਾਈ ਵਰਨਾ ਵਧੀਆ ਸੇਲ ਹੁੰਦੀ ਸੀ ਵਰਨਾ ਦੀ ਜਦੋਂ ਡੀਜ਼ਲ ਦੇ ਵਿੱਚ ਮਿਲਦੀ ਸੀ ਹੁਣ ਸਿਰਫ ਪੈਟਰੋਲ ਚ ਮਿਲਦੀ ਹੈ ਟਰਬੋ ਪੈਟਰੋਲ ਦੇ ਵਿੱਚ ਮਿਲਦੀ ਹੈ ਤਾਂ ਨਹੀਂ ਵਿਕਦੀ 1422 ਗੱਡੀਆਂ ਕੁੱਲ ਸੇਲ ਹੋਈਆਂ 11 ਲੱਖ ਤੋਂ ਲੈ ਕੇ 1782000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਚੌਥੇ ਨੰਬਰ ਤੇ ਜੀ ਬਾਕਸ ਵੈਗਨ ਦੀ ਵਰਟਸ 5 ਸਟਾਰ ਐਨਸੀਬੀ ਰੇਟਿੰਗ ਦੇ ਨਾਲ ਆਉਂਦੀ ਹੈ ਸੇਮ ਉਹੀ ਸਲਾਵੀਆ ਵਾਲਾ ਇੰਜਨ ਸਲਾਵੀਆ ਵਾਲੀ ਟੈਕਨੋਲੋਜੀ ਸੇਮ ਪਲੈਟਫਾਰਮ ਦੇ ਨਾਲ ਆਉਂਦੀ ਹੈ 1656 ਗੱਡੀਆਂ ਕੁੱਲ ਸੇਲ ਹੋਈਆਂ 11 ਲੱਖ 56000 ਤੋਂ ਲੈ ਕੇ 19 ਲੱਖ 41000 ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 3 ਤੀਸਰੇ ਨੰਬਰ ਤੇ ਜੀ Honda Amaze ਵਧੀਆ ਸੇਲ ਹੁੰਦੀ ਸੀ ਕਿਸੇ ਟਾਈਮ ਤੇ ਜਦੋਂ ਡੀਜ਼ਲ ਦੇ ਵਿੱਚ ਆਉਂਦੀ ਸੀ ਤਕਰੀਬਨ 30-30 ਤੱਕ ਮਾਈਲੇਜ ਇਹਦੇ ਡੀਜ਼ਲ ਦੇ ਵਿੱਚ ਮਿਲ ਜਾਂਦੀ ਸੀ ਪਰ ਹੁਣ ਡੀਜ਼ਲ ਚ ਬੰਦ ਹੋ ਗਈ ਹੈ ਨਹੀਂ ਵਿਕਦੀ ਅਮੇਜ 1794 ਗੱਡੀਆਂ ਸੇਲ ਹੋਈਆਂ ਹਾਲਾਂਕਿ ਰੇਟ ਵਾਈਜ਼ ਗੱਡੀ ਬਹੁਤ ਸੋਹਣੇ ਪ੍ਰਾਈਸ ਦੇ ਵਿੱਚ ਚੰਗੀ ਕੱਡੀ ਮਿਲ ਜਾਂਦੀ ਹੈ ਫਿਰ ਵੀ ਨਹੀਂ ਵਿਕਦੀ 7 ਲੱਖ 20 ਹਜ਼ਾਰ ਤੋਂ ਲੈ ਕੇ 9 ਲੱਖ 96 ਹਜ਼ਾਰ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਦੂਸਰੇ ਨੰਬਰ ਤੇ ਜੀ ਹੁੰਡਾਈ ਔਰਾ ਜਿਹੜੀ ਕਿ ਕਮਰਸ਼ੀਅਲ ਸੈਗਮੈਂਟ ਦੇ ਵਿੱਚ ਵੀ ਵਧੀਆ ਵਿਗਦੀ ਹੈ 4299 ਗੱਡੀਆਂ ਕੁੱਲ ਸੇਲ ਹੋਈਆਂ 6 ਲੱਖ 50 ਹਜ਼ਾਰ ਤੋਂ ਲੈ ਕੇ 9 ਲੱਖ 5000 ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਔਰ ਪਹਿਲੇ ਨੰਬਰ ਤੇ ਦੋਸਤੋ ਡਿਜ਼ਾਇਰ ਡਿਜ਼ਾਇਰ ਦੀ ਨਵੀਂ ਜਨਰੇਸ਼ਨ ਵੀ ਆਉਣ ਵਾਲੀ ਹੈ ਵੱਡੇ ਬਦਲਾਅ ਦੇ ਨਾਲ ਡਿਜ਼ਾਇਰ ਲਾਂਚ ਹੋਏਗੀ ਨਵੇਂ ਇੰਜਨਾਂ ਦੇ ਨਾਲ ਆਊਗੀ ਫਿਲਹਾਲ ਇਹਦੀ ਸੇਲ ਹੋਈ ਜੀ 13421 ਗੱਡੀਆਂ ਯਾਨੀ ਕਿ ਬਾਕੀ ਸਾਰੀਆਂ ਕੰਪਨੀਆਂ ਦੀ ਸਿਡਾਨ ਦੀ ਸੇਲ ਮਿਲਾ ਲਈਏ ਤੇ ਕੱਲੀ ਡਿਜ਼ਾਇਰ ਦੀ ਸੇਲ ਇੱਕ ਬਰਾਬਰ ਆ 6,55,000 ਤੋਂ ਲੈ ਕੇ 9,40,000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਡਿਜ਼ਾਇਰ ਕਮਰਸ਼ੀਅਲ ਸੈਗਮੈਂਟ ਚ ਜ਼ਿਆਦਾ ਵਿਕਦੀ ਹੈ ਤਾਂ ਹੀ ਇਹਦੀ ਇੰਨੀ ਸੇਲ ਹੋ ਪਾਂਦੀ ਹੈ ਕਿ ਰੇਟ ਬਹੁਤ ਘੱਟ ਆ ਤਾਂ ਵੀ ਲੋਕਾਂ ਨੂੰ ਵਾਰਾ ਖਾ ਜਾਂਦੀ ਹੈ ਸੋ ਦੋਸਤੋ ਇਹ ਸੀਗੀਆਂ 10 ਕਾਰਾਂ ਜਿਹੜੀਆਂ ਜੂਨ 2024 ਦੇ ਵਿੱਚ ਵਿਕੀਆਂ ਸਿਡਾਨ ਸੈਗਮੈਂਟ ਦੀਆਂ ਅਗਲੀ ਵੀਡੀਓ ਚ ਆਪਾਂ ਗੱਲਬਾਤ ਕਰਾਂਗੇ ਜਿਹੜੇ ਕਾਰਾਂ ਤੇ ਵੱਡੇ ਡਿਸਕਾਊਂਟ ਚੱਲ ਰਹੇ ਆ ਜੇ ਵਧੀਆ ਫਾਇਦਾ ਲੈਣਾ ਚਾਹੁੰਦੇ ਹੋ ਹੁਣ ਗੱਡੀ ਕੋਈ ਖਰੀਦਣਾ ਚਾਹੁੰਦੇ ਹੋ ਤੇ ਅਗਲੀ ਵੀਡੀਓ ਜ਼ਰ ਮਿਲਦੇ ਆ ਫੇਰ ਨਵੀਂ ਵੀਡੀਓ ਦੇ ਨਾਲ ਧੰਨਵਾਦ